ਹੈਲੋ एवरीवन गुड इवनिंग ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਐਨੀਬਡੀ ਕੈਨ ਲਰਨ ਜੀਕੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੀ ਆਪਣੀ ਔਨ ਗoing ਸੀਰੀਜ਼ ਹੈ ਨਾਇਬ ਤਹਿਸੀਲਦਾਰ ਦੀ ਤੇ ਪੀਪੀਐਸਸੀ ਦੀ ਉਹਦਾ ਪਾਰਟ ਆਪਾਂ 22ਵਾਂ ਦੇਖਾਂਗੇ ਜਿਹਦੇ ਵਿੱਚ ਆਪਾਂ ਤੁਸੀਂ ਦੇਖ ਰਹੇ ਹੋ ਆ ਜਿੰਨੇ ਸਬਜੈਕਟ ਲਿਖੇ ਨੇ ਆ ਸਬਜੈਕਟ ਤਾਂ ਕਵਰ ਕਰਾਂਗੇ ਹੀ ਕਰਾਂਗੇ ਇਹਨਾਂ ਤੋਂ ਇਲਾਵਾ ਵੀ ਆਪਾਂ ਹੋਰ ਵੀ ਜਿਹੜੀ ਬੇਸਿਕ ਚੀਜ਼ਾਂ ਨੇ ਉਹ ਵੀ ਕਵਰ ਕਰਾਂਗੇ ਤਾਂ ਚਲੋ ਸ਼ੁਰੂ ਕਰਦੇ ਆਂ ਅੱਜ ਦੇ ਆਪਣੇ ਇਸ ਪਾਰਟ ਨੂੰ ਫੁੱਲ ਐਨਰਜੀ ਦੇ ਨਾਲ ਜੇਕਰ ਤੁਸੀਂ ਮੇਰੀ ਹੋਰ ਵੀਡੀਓਜ਼ ਨਹੀਂ ਦੇਖੀ ਤਾਂ ਤੁਸੀਂ ਆਹ ਹੈਸ਼ਟੈਗ ਯੂਜ਼ ਕਰ ਸਕਦੇ ਹੋ ਸਟੱਡੀ ਵਿਦ ਸੁਨੀਲ ਜਿੰਦਲ ਤੁਹਾਨੂੰ ਕਾਫੀ ਜ਼ਿਆਦਾ ਜੀਕੇ ਦੇ ਪੋਰਸ਼ਨ ਦੇ ਵਿੱਚ ਹੈਲਪ ਹੋਏਗੀ ਕੁਸਟੂਮ ਨੇ ਮੈਨੂੰ ਰੀਜ਼ਨਿੰਗ ਦੀ ਵੀਡੀਓਜ਼ ਬਾਰੇ ਵੀ ਕਹਿ ਰਹੇ ਐ ਐਕਚੁਅਲੀ ਮੈਂ ਉਹ ਵੀਡੀਡਿਸ ਸੌਰੀ ਰੀਜ਼ਨਿੰਗ ਨੂੰ ਜੋ ਹੈ ਮੈਂ ਕਵਰ ਨਹੀਂ ਕਰ ਪਾਵਾਂਗਾ ਕਿਉਂਕਿ ਰੀਜ਼ਨ ਇਹਦਾ ਆਹੀ ਹੈ ਕਿ ਜੀਕੇ ਹੀ ਇੱਕ ਬਹੁਤ ਵਾਸਟ ਫੀਲਡ ਹੈ ਤੇ ਉਹਦੇ ਵਿੱਚ ਵੀ ਮੈਂ ਇੱਕ ਪਰਟੀਕੂਲਰ ਸਬਜੈਕਟ ਨਾ ਕਰਾਉਂਦੇ ਹੋਏ ਤੁਹਾਨੂੰ ਕਾਫੀ ਜ਼ਿਆਦਾ ਸਬਜੈਕਟ ਕਰਵਾ ਰਿਹਾ ਤਾਂ ਰੀਜ਼ਨਿੰਗ ਕਰਵਾਉਣਾ ਥੋੜਾ ਜਿਹਾ ਪੋਸੀਬਲ ਨਹੀਂ ਹੋ ਪਾਏਗਾ ਮੇਰੇ ਲਈ ਹਾਂ ਜੇਕਰ ਜੋ ਤੁਹਾਨੂੰ ਵਧੀਆ ਤਰੀਕਾ ਨਾਲ ਕਰਾਵੇ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਜਾਂ ਇੰਸਟਾਗ੍ਰਾਮ ਤੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਉੱਥੇ ਉਹਨਾਂ ਦੇ ਲਿੰਕ ਸ਼ੇਅਰ ਕਰ ਦੇਵਾਂਗਾ ਅਗਲਾ ਜਿਹੜਾ ਆਪਣਾ ਪਹਿਲਾ ਕੁਐਸਚਨ ਹੈਗਾ ਕਿ ਵਿਚ ਇਵੈਂਟ ਅਕਰਡ ਫਰਸਟ ਯਾਨੀ ਕਿ ਆ ਚਾਰ ਤੁਹਾਨੂੰ ਆਪਸ਼ਨ ਦਿੱਤੇ ਨੇ ਇਹਨਾਂ ਵਿੱਚੋਂ ਕਿਹੜੀ ਘਟਨਾ ਪਹਿਲਾਂ ਹੋਈ ਸੀਗੀ ਪਹਿਲਾ ਆਪਸ਼ਨ ਦਿੱਤਾ ਜੀ ਡਾਂਡੀ ਮਾਰਚ ਡਾਂਡੀ ਮਾਰਚ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਆਪਣਾ ਸਿਵਲ ਡਿਸਓਬਿਡੀਅੰਟ ਮੂਵਮੈਂਟ ਚਲਾਇਆ ਸੀ ਗਾਂਧੀ ਜੀ ਦੁਆਰਾ ਇਹ 12 ਮਾਰਚ 1930 ਨੂੰ ਸਟਾਰਟ ਕੀਤਾ ਗਿਆ ਸੀਗਾ ਹੋਇਆ ਕਿ ਸੀਗਾ ਕਿ ਜਥਾ ਤੁਰਿਆ ਸੀਗਾ ਗੁਜਰਾਤ ਦੇ ਜਿਹੜਾ ਸਾਬਰਮਤੀ ਆਸ਼ਰਮ ਅਹਮਦਾਬਾਦ ਦਾ ਉਹਦੇ ਵਿੱਚੋਂ ਤੁਰਿਆ ਸੀਗਾ ਤੇ ਜਿਹੜਾ ਕੋਸਟਲ ਏਰੀਆ ਦੇ ਕੋਲ ਵਿਲੇਜ ਪੈਂਦਾ ਡਾਂਡੀ ਉੱਥੇ ਜਾ ਕੇ ਜਿਹੜਾ ਸੀ ਗਾਂਧੀ ਜੀ ਨੇ ਨਮਕ ਬਣਾਇਆ ਸੀਗਾ ਕਿਉਂਕਿ ਪ੍ਰੋਟੈਸਟ ਕਰ ਰਹੇ ਸੀ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਟੈਕਸ ਲਾਇਆ ਸੀਗਾ ਉਸ ਦਾ ਜਿਹੜਾ ਸੀਗਾ ਉਹ ਵਿਰੋਧ ਕਰ ਰਹੇ ਸੀ ਪ੍ਰੋਟੈਸਟ ਕਰ ਰਹੇ ਸੀਗੇ ਤਾਂ ਆ ਕਦੋਂ ਹੋਇਆ ਜੀ ਆਪਣੇ ਕੋਲ ਇੱਕ ਡੇਟ ਆ ਗਈ ਹੁਣ ਆਪਾਂ ਡਿਸਕਸ ਕਰਦੇ ਹਾਂ ਕੁਇਟ ਇੰਡੀਆ ਮੂਵਮੈਂਟ ਆਈ ਥਿੰਕ ਸਭ ਨੂੰ ਪਤਾ ਹੈ ਕਿ ਕੁਇਟ ਇੰਡੀਆ ਮੂਵਮੈਂਟ ਜਿਹੜਾ ਸੀਗਾ ਉਹ 1942 ਦੇ ਵਿੱਚ ਆਇਆ ਸੀਗਾ ਤੇ ਗਾਂਧੀ ਜੀ ਨੇ ਉਸ ਤੇ ਉਹ ਫੇਮਸ ਨਾਰਾ ਕਿਉਂ ਆਇਆ ਕਿ ਡੂ অর ਡਾਈ ਦਾ ਕਈ ਵਾਰ ਕੁਐਸਚਨ ਦੇ ਵਿੱਚ ਪੁੱਛ ਲੈਂਦੇ ਨੇ ਕਿ ਗਾਂਧੀ ਜੀ ਨੇ ਡੂ অর ਡਾਈ ਦਾ ਨਾਰਾ ਕਿਹੜੇ ਅੰਦੋਲਨ ਵੇਲੇ ਦਿੱਤਾ ਸੀਗਾ ਉਹ ਕਰੋ ਜਾਂ ਮਰੋ ਦਾ ਨਾਰਾ ਇਸ ਕਰਕੇ ਦਿੱਤਾ ਸੀਗਾ ਕਿ ਜਿਹੜੇ ਗਾਂਧੀ ਜੀ ਸੀ ਬਈ ਉਹ ਇੱਕ ਅਹਿੰਸਾ ਦੇ ਪੁਜਾਰੀ ਸੀਗੇ ਲੇਕਿਨ ਐਨੀ ਜਿਆਦਾ ਆਤੀ ਹੋ ਗਈ ਸੀ ਅੰਗਰੇਜ਼ਾਂ ਵੱਲੋਂ ਕਿ ਉਹਨਾਂ ਨੂੰ ਆਹ ਸਟੇਟਮੈਂਟ ਦੇਣੀ ਪਈ ਕਿ ਬਈ ਆ ਆ ਆਪਣਾ ਮੌਕਾ ਹੈ ਕਰੋ ਜਾਂ ਮਰੋ ਥੈਟ ਵਾਈਜ਼ ਇਸੀ ਕਰਕੇ ਜਿਹੜਾ ਸੀਗਾ ਥੋੜਾ ਜਿਆਦਾ ਇੰਪੋਰਟੈਂਟ ਹੈ ਨਾ ਐਗਜ਼ਾਮ ਪੁਆਇੰਟ ਆਫ 尤 ਲਈ ਵੀ ਕਿਉਂਕਿ ਅਜੇ ਬੰਦੇ ਕੋਲ ਇਹ ਜੀ ਸਟੇਟਮੈਂਟ ਸੁਣਨਾ ਇੱਕ ਉਸ ਤੋਂ ਬਾਅਦ ਆਰਾਈਵਲ ਆਫ ਸਾਈਮਨ ਕਮਿਸ਼ਨ ਆਹ ਕੁਸ਼ਣ ਤਾਂ ਜੀ ਕੱਲ ਵੀ ਆਇਆ ਸੀਗਾ ਕੱਲ ਦਾ ਮਤਲਬ ਜਿਹੜਾ ਜੇਲ ਸੁਪਰਡੈਂਡੈਂਟ ਦਾ ਐਗਜ਼ਾਮ ਹੋਇਆ ਸੀਗਾ ਉਹਦੇ ਵਿੱਚ ਡਾਇਰੈਕਟ ਕੁਸ਼ਣ ਪੁੱਛਿਆ ਆਇਆ ਸੀਗਾ ਕਿ ਸਾਈਮਨ ਕਮਿਸ਼ਨ ਕਦੋਂ ਇੰਡੀਆ ਆਇਆ 1928 ਦੇ ਵਿੱਚ ਆਇਆ ਬਹੁਤ ਹੀ ਪਪੂਲਰ ਕੁਸ਼ਣ ਹੈ ਫਿਰ ਆਪਾਂ ਗੱਲ ਕਰਦੇ ਹਾਂ ਗਾਂਧੀ ਇਰਵਿਨ ਪੈਕਟ ਬਾਰੇ ਜਿਹੜਾ ਹੋਇਆ ਸੀਗਾ 1931 ਦੇ ਵਿੱਚ ਕਿਉਂਕਿ ਇਸ ਪੈਕਟ ਤੋਂ ਬਾਅਦ ਹੀ ਗਾਂਧੀ ਜੀ ਨੇ ਜਿਹੜਾ ਹੈ ਆ ਰਾਉਂਡ ਟੇਬਲ ਕਾਨਫਰੰਸ ਦੀ ਦੂਜੀ ਲੰਡਨ ਹੋਣੀ ਸੀ ਜਿਹੜੀ ਉਹਦੇ ਲਈ ਜਨਰਲ ਸਮਝੋ ਤਾਂ ਕੀਤਾ ਸੀਗਾ ਕਿ ਹਾਂ ਅਸੀਂ ਪਾਰਟਿਸਪੇਟ ਕਰਾਂਗੇ ਹੋਗੀ ਪਹਿਲੇ ਦੇ ਵਿੱਚ ਪਾਰਟਿਸਪੇਟ ਨਹੀਂ ਕੀਤਾ ਸੀਗਾ ਕਾਂਗਰਸ ਵੱਲੋਂ ਤਾਂ ਹੁਣ ਆਪਾਂ ਨੂੰ ਜਿਹੜੇ ਚਾਰ ਆਪਸ਼ਨ ਦਿੱਤੇ ਸੀਗੇ ਇਹਨਾਂ ਚਾਰਾਂ ਬਾਰੇ ਪਤਾ ਲੱਗ ਚੁੱਕਿਆ ਹੈਗਾ ਤੇ ਆਪਾਂ ਈਜ਼ੀਲੀ ਦੇ ਕੇ ਦੱਸ ਸਕਦੇ ਹਾਂ ਕਿ ਪਹਿਲਾਂ ਕਿਹੜੀ ਘਟਨਾ ਵਾਪਰੀ ਸੀਗੀ 댓 ਮੀਨਸ ਸਿੱਧੀ ਜੀ ਗੱਲ ਜਿਹੜੀ ਈਅਰ ਦੇ ਵਿੱਚ ਪਹਿਲਾਂ ਹੋਈ ਹੋਣੀ ਆ 1930 ਹੈ 42 28 33댓 ਮੀਨਸ ਅਰਾਈਵਲ ਆਫ ਸਾਈਮਨ ਕਮਿਸ਼ਨ ਆ ਆਪਣਾ ਜਿਹੜਾ ਸਹੀ ਆਨਸਰ ਹੋ ਜਾਊਗਾ ਇਹਦਾ ਆਪਸ਼ਨ ਨੰਬਰ ਸੀ ਆ ਸਹੀ ਹੈ ਜੀ ਧਿਆਨ ਰੱਖਿਓ ਈਵਰ ਸ਼ੁਰੂ ਕਰਨ ਦੇਣੇ ਕਿ ਸਰ ਮੈਂ ਆਪਸ਼ਨ ਜਲਦੀ ਮਾਰਕ ਕਰ ਦਿੰਨਾ ਜਾਂ ਹਟਾ ਦਿੰਨਾ ਤਾਂ ਇਹਦਾ ਆਨਸਰ ਜਿਹੜਾ ਸੀ ਆ ਨੈਕਸਟ ਹੈਗਾ ਜੀ ਹੂ ਰਿਪਰੈਜ਼েন্টেਡ ਕਾਂਗਰਸ ਇਨ ਸੈਕੰਡ ਰਾਉਂਡ ਟੇਬਲ ਕਾਨਫਰੰਸ ਪਹਿਲੀ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਕਾਂਗਰਸ ਵੱਲੋਂ ਨਹੀਂ ਗਏ ਸੀ ਕਿ ਕੋਈ ਹਾਲਾਂਕਿ ਬੀ ਆਰ ਅੰਬੇਦਕਰ ਜੀ ਗਏ ਸੀਗੇ ਲੇਕਿਨ ਆਪਾਂ ਕਹਿ ਨਹੀਂ ਸਕਦੇ ਕਿ ਕਾਂਗਰਸ ਗਈ ਸੀਗੀ ਉਹਦੇ ਵਿੱਚ ਤਾਂ ਜਦੋਂ ਸੈਕੰਡ ਦੇ ਵਿੱਚ ਗਾਂਧੀ ਇਰਵਿਨ ਪੈਕਟ ਹੋਇਆ 1931 ਦੇ ਵਿੱਚ ਤਾਂ ਮਹਾਤਮਾ ਗਾਂਧੀ ਨੇ ਕਾਂਗਰਸ ਨੂੰ ਰਿਪrezent ਕੀਤਾ ਲੰਡਨ ਦੇ ਵਿੱਚ ਜਿਹੜੀ ਸੈਕੰਡ ਰਾਉਂਡ ਟੇਬਲ ਕਾਨਫਰੰਸ ਹੋਈ ਸੀ। ਨੈਕਸਟ ਉਹ ਤੋਂ ਬਾਅਦ ਕਿ ਆਈਸੋਟੋਪ 6C14 ਇਜ਼ ਅਸੋਸੀਏਟਡ ਵਿਦ। ਤੁਹਾਨੂੰ ਪਤਾ ਹੈ ਕਿ ਆਈਸੋਟੋਪ ਹੁੰਦੇ ਕੀ ਹੈ ਕਿਉਂਕਿ ਮੈਂ ਆਪਣੀ ਜਿਹੜੀ ਸਾਇੰਸ ਦੀ ਸੀਰੀਜ਼ ਹੈ ਨਾ ਉਹਦੇ ਵਿੱਚ ਬਹੁਤ ਵਾਰ ਡਿਸਕਸ ਕਰ ਚੁੱਕਿਆ ਕਿ ਆਈਸੋਟੋਪ ਹੁੰਦੇ ਕੀ ਹੈ। ਹੋ ਸਕਦਾ ਐਗਜ਼ਾਮ ਦੇ ਵਿੱਚ ਆਈਸੋਟੋਪਸ ਬਾਰੇ ਵੀ ਪੁੱਛ ਲਿਤਾ ਜਾਵੇ। ਲੇਕਿਨ ਆਪਾਂ ਉਹਦੇ ਬਾਰੇ ਡਿਸਕਸ ਨਹੀਂ ਕਰਾਂਗੇ ਕਿਉਂਕਿ ਮੈਂ ਆਲਰੇਡੀ ਸਾਇੰਸ ਦੀ ਸੀਰੀਜ਼ ਦੇ ਵਿੱਚ ਇਹਦੇ ਬਾਰੇ ਡੀਪਲੀ ਡਿਸਕਸ ਕਰ ਚੁੱਕਿਆ ਹੈਗਾ। ਕਵੈਸਚਨ ਦਾ ਆਨਸਰ ਕੀ ਹੋਗਾ ਕਿ ਆਈਸੋਟੋਪ C 614 ਆਪਾਂ ਕਿਸ ਚੀਜ਼ ਨਾਲ ਐਸੋਸੀਏਟ ਹੈ ਕਿ ਕੈਂਸਰ ਡਾਇਗਨੋਸ ਕਰਦਾ ਹੈ ਜਾਂ ਫਿਰ ਅਰਥ ਦੀ ਏਜ ਦੱਸਦਾ ਹੈਗਾ ਜਾਂ ਫਿਰ ਜਿਹੜਾ ਫੋਸੀਲ ਹੈ ਤਾਂ ਉਹਦੀ ਏਜ ਦੱਸਦਾ ਜਾਂ ਫਿਰ ਟ੍ਰੇਲਰ ਟੈਕਨੋਲੋਜੀ ਬਾਰੇ ਗੱਲ ਕਰਦਾ ਜੇਕਰ ਤੁਸੀਂ ਇਹਦੇ ਬਾਰੇ ਡਿਟੇਲਸ ਜਾਨਣਾ ਚਾਹੁੰਦੇ ਹੋ ਨਾ ਤਾਂ ਮੇਰੇ ਨਾਲ ਸਾਇੰਸ ਦਾ ਪਾਰਟ 8ਵਾਂ ਆਏਗਾ ਇਹ ਤੇ ਕਲਿੱਕ ਕਰੋਗੇ ਨਾ 8th ਪਾਰਟ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇਗੀ ਤੇ ਉੱਥੇ ਵੀ ਪਾਰਟਿਕੂਲਰ ਨਾ ਕੁਐਸਚਨ ਨੰਬਰ 100th ਹੈ ਉਹਦੇ ਵਿੱਚ ਮੈਂ ਡਿਟੇਲ ਦੇ ਵਿੱਚ ਡਿਸਕਸ ਕੀਤਾ ਆ ਫਿਰ ਵੀ ਮੈਂ ਤੁਹਾਨੂੰ ਹਲਕਾ ਜਿਹਾ ਥੋੜੇ ਜਿਹਾ ਪੁਆਇੰਟ ਦੱਸ ਦੇਣਾ ਇਹਦੇ ਹੁੰਦਾ ਕੀ ਆ ਕਿ ਆਨਸਰ ਤਾਂ ਇਹਦਾ ਹੋ ਜੂਗਾ ਕਿ ਜਿਹੜਾ ਫੋਸਿਲ ਦੀ ਏਜ ਹੈ ਉਹ ਡਿਟਰਮਾਈਨ ਕਰਨ ਦੇ ਵਿੱਚ ਹੈਲਪ ਕਰਦਾ ਹੈ অপਸ਼ਨ ਨੰਬਰ ਸੀ ਹੁਣ ਹੋਊਗਾ ਕਿ ਬੇਸਿਕਲੀ ਜਦੋਂ ਆਪਣੇ ਐਟਮੋਸਫੇਅਰ ਵਿੱਚ ਨਾਈਟ੍ਰੋਜਨ 14 ਹੈ ਨਾਈਟ੍ਰੋਜਨ 14 ਕੀ ਹੁੰਦਾ ਉਹ ਤੁਸੀਂ ਵੀਡੀਓ ਵਿੱਚ ਜਾ ਕੇ ਦੇਖ ਲੈਣਾ ਕਿ ਕੋਸਮਿਕ ਰੇ ਨਾਲ ਉਹ ਕੀ ਕਰਦਾ ਜੀ ਨਾਈਟ੍ਰੋਜਨ 14 ਤੋਂ ਕਾਰਬਨ 14 ਵਿੱਚ ਕਨਵਰਟ ਹੁੰਦਾ ਹੈਗਾ ਤੇ ਉਹ ਜਿਹੜੀ ਚੀਜ਼ ਹੈ ਪlant ਦੇ ਕੋਲ ਜਾਂਦੀ ਹੈ ਤੇ ਪlant ਦੇ ਨਾਲ ਕੀ ਹੁੰਦਾ ਜੀ ਉਹ ਐਨੀਮਲ ਦੁਆਰਾ ਕੰਜ਼ੂਮ ਕਰ ਲਈ ਜਾਂਦੀ ਹੈ ਠੀਕ ਹੈ ਜੀ ਆਹ ਸਟੈਪ ਤੁਹਾਨੂੰ ਸਮਝ ਆ ਗਿਆ ਹੁਣ ਜਿਹੜੀ ਮੇਨ ਗੱਲ ਹੈ ਮੰਨ ਲਓ ਆਹ ਦਰਖਤ ਕਦੇ ਕੱਟ ਜਾਂਦਾ ਹੈਗਾ ਜੀ ਆ ਗਲ ਕੇ ਮਾਰ ਕੇ ਕਿਵੇਂ ਕਿਸੇ ਵੀ ਤਰ੍ਹਾਂ ਨਾਲ ਕੱਟ ਜਾਂਦਾ ਹੈਗਾ ਤੇ ਉਹਦਾ ਇੱਕੀ ਕੋਈ ਆਪਾਂ ਨੂੰ ਪਾਰਟ ਮਿਲ ਸਕਦਾ ਹੈਗਾ ਤਾਂ ਉਹ ਵੀ ਆਪਾਂ ਸੀ 614 ਨਾਲ ਉਹਦੀ ਏਜ ਪਤਾ ਕਰ ਸਕਦੇ ਆ ਜਾਂ ਫਿਰ ਮੰਨ ਲਓ ਉਹ ਜਾਨਵਰ ਮਰ ਗਿਆ ਤੇ ਉਹਦੀ ਆਪਾਂ ਨੂੰ ਹੱਡੀਆਂ ਮਿਲੀਆਂ ਕੰਕਾਲ ਮਿਲਿਆ ਦੱਬਿਆ ਕਿਤਨੂੰ ਥੱਲੇ ਤਾਂ ਆਪਾਂ ਉਸ ਕੰਕਾਲ ਨੂੰ ਵੀ ਸੀ 6 ਇਨਕੀਸ ਜਿਹੜਾ ਕਾਰਬਨ ਦਾ 14ਵਾਂ ਆਈਸੋਟੋਪ ਹੈ ਉਹਦੀ ਹੈਲਪ ਨਾਲ ਕੀ ਕਰਦੇ ਆਪਾਂ ਉਸ ਨੂੰ ਡਿਟਰਮਾਈਨ ਕਰ ਸਕਦੇ ਆ ਕਿ ਉਹਦੀ ਏਜ ਕਿੰਨੀ ਸੀਗੀ ਹੁਣ ਜਿਹੜਾ ਆਪਣੇ ਕੋਲ ਪਾਰਟ ਬਚਿਆ ਹੈਗਾ ਜਾਂ ਕੰਕਾਲ ਮਿਲਿਆ ਉਹਦੇ ਵਿੱਚ ਜਿਹੜਾ ਕਾਰਬਨ 14 ਹੈ ਨਾ ਉਹਦੀ ਵੈਲਿਊ ਕੀ ਹੁੰਦੀ ਹੈ ਉਹਦੀ ਵੈਲਿਊ ਡिके ਕਰਨਾ ਸ਼ੁਰੂ ਕਰ ਦਿੰਦੀ ਹੈ ਯਾਨੀ ਕਿ ਜਿਹੜਾ C12 ਹੈ ਇਹਦਾ ਆਈਸੋਟੋਪ ਉਹ ਤਾਂ ਉਨਾ ਹੀ ਰਹਿੰਦਾ ਹੈ ਲੇਕਿਨ ਜਿਹੜਾ C14 ਹੈ ਉਹ ਡिके ਹੋਣਾ ਸ਼ੁਰੂ ਹੋ ਜਾਂਦਾ ਹੈਗਾ ਇੱਥੇ ਦੇ ਨਾਲ ਆਪਾਂ ਇੱਕ ਚੀਜ਼ ਕਹਿ ਸਕਦੇ ਆ ਕਿ ਜਿੰਨੀ ਕਾਰਬਨ 14 ਦੀ ਮਾਤਰਾ ਘਟ ਹੁੰਦੀ ਜਾਊਗੀ ਦੈਟ ਮੀਨਸ ਉਹ ਫੋਸਿਲ ਉਨਾ ਹੀ ਜ਼ਿਆਦਾ ਪੁਰਾਣਾ ਹੈਗਾ ਤੈਨੂੰ ਆਪਾਂ ਕਿਦੇ ਵਿੱਚ ਕਰਦੇ ਆ ਹਾਫ ਸਾਈਕਲ ਦੇ ਵਿੱਚ ਨਾ ਆਪਾਂ ਇਹਨੂੰ ਡਿਟਰਮਾਈਨ ਕਰਦੇ ਆ ਥੈਟ ਮੀਨਸ ਕਿ ਐਵਰੇਜ ਈਅਰ ਕੀ ਹੈ ਉਹ 5703 ਈਅਰ ਹੈ ਥੈਟ ਮੀਨਸ ਜੇਕਰ ਇਹਦੇ ਵਿੱਚ ਅੱਜ ਦੀ ਮਾਤਰਾ ਦੇ ਵਿੱਚ 100% ਹੈ ਤਾਂ ਉਹ ਅੱਜ ਤੋਂ 5730 ਸਾਲ ਬਾਅਦ ਉਹਦੀ ਜਿਹੜਾ ਹਾਫ ਡिके ਹੋ ਜਾਏਗਾ ਤੁਸੀਂ ਦੇਖ ਰਹੇ ਹੋ ਗ੍ਰਾਫ ਦੇ ਨਾਲ ਨੈਕਸਟ 5730 ਸਾਲ ਬਾਅਦ ਯਾਨੀ ਕਿ 11460 ਬਾਅਦ ਉਹ ਕੀ ਆ ਜਾਊਗਾ 25 ਰਹਿ ਜਾਊਗਾ ਜੀ ਅਗਲੇ ਤੇ ਵਿੱਚ ਫਿਰ 25 ਦਾ ਅੱਧਾ 12.5 ਰਹਿ ਜਾਊਗਾ ਜੀ ਇਸ ਤਰ੍ਹਾਂ ਕਰਦੇ ਕਰਦੇ ਆ ਘਟਦਾ ਜਾਊਗਾ ਯਾਨੀ ਕਿ ਹਾਫ ਡੀਕੇ ਜਿਹੜੀ ਲਾਈਫ ਹੈ ਦੀ ਇਦਾਂ ਵਰਕ ਕਰਦੀ ਹੈ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ ਫੋਸਿਲ ਦੇ ਲਈ ਤੈਨੂੰ ਆਪਾਂ ਕੀ ਕਹਿੰਦੇ ਜੀ ਰੇਡੀਓ ਕਾਰਬਨ ਡੇਟਿੰਗ ਕਹਿੰਦੇ ਆ ਜਿਹੜੀ ਥਿਊਰੀ ਦਿੱਤੀ ਗਈ ਸੀ ਵੀ ਲਾਰਡ ਫਰੈਂਕ ਲੀਬੀ ਦੁਆਰਾ ਆ ਵੀ ਕਈ ਵਾਰ ਪੁੱਛੀਦਾ ਜਾਂਦਾ ਐਗਜ਼ਾਮ ਦੇ ਵਿੱਚ ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਵੀ ਜੇਕਰ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪਾਂ ਸਾਰਿਆਂ ਨੂੰ ਮਿਲਦੀ ਰਹੇ ਤੇ ਤੁਹਾਨੂੰ ਪੀਡੀਐਫ ਮਿਲੇਗੀ ਇਹਦੀ ਟੈਲੀਗ੍ਰਾਮ ਦੇ ਉੱਤੇ ਜਾ ਕੇ ਤੇ ਤੁਸੀਂ ਮੈਨੂੰ ਜੇ ਕੋਈ ਕੁਐਰੀ ਹੈ ਕੋਈ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ ਮੈਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੇ ਨਾਲ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈਗਾ ਤੇ ਜੇਕਰ ਤੁਹਾਨੂੰ ਲੱਗ ਰਿਹਾ ਵੀ ਮੇਰੇ ਇਸ ਸੀਰੀਜ਼ ਨਾਲ ਤੁਹਾਨੂੰ ਸੱਚੀ ਦੇ ਵਿੱਚ ਬੈਨੀਫਿਟ ਹੋ ਰਿਹਾ ਹੈਗਾ ਤਾਂ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਨੈਕਸਟ ਹੈਗਾ ਕਿ ਆਪਾਂ ਇਹਨੂੰ ਕਰੈਕਟ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਸੈੱਟ ਕਰਨਾ ਹੈ ਯਾਨੀ ਕਿ ਜਿਹੜਾ ਪਹਿਲਾਂ ਹੋਇਆ ਉਹਨੂੰ ਪਹਿਲਾਂ ਰੱਖਣਾ ਜਿਹੜਾ ਬਾਅਦ ਦੇ ਵਿੱਚ ਹੋਇਆ ਉਹਨੂੰ ਬਾਅਦ ਚ ਰੱਖਣਾ ਇਹ ਤਾਂ ਦੇ ਕੁਐਸਚ ਪਹਿਲਾ ਗੱਲ ਪੁੱਛੇਗਾ ਕਿ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਆਹ ਕੁਸ਼ਣ ਤਾਂ ਆਪਣਾ ਇੱਕ ਤਰ੍ਹਾਂ ਦਾ ਹਾਈਲਾਈਟ ਹੋ ਗਿਆ ਅੱਜ ਦਾ ਜੀ ਯਾਦ ਹੋ ਜਾਊਗਾ ਤੁਹਾਨੂੰ ਕਿਉਂਕਿ ਮੈਂ ਬਾਰ-ਬਾਰ ਡਿਸਕਸ ਕਰ ਰਹੇ ਹਾਂ 9031 ਵਿੱਚ ਹੋਇਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਐਕਲਰਟੀਸੇਸ਼ਨ ਚਲੋ ਭਾਈ ਕੀ ਕਰਕੇ ਨਾ ਡਿਸਕਸ ਕਰ ਲੈਂਦੇ ਹਾਂ ਉਸ ਤੋਂ ਬਾਅਦ ਜਿਹੜਾ ਹੈਗਾ ਐਗਜ਼ੀਕਿਊਸ਼ਨ ਆਫ ਬਗਤ ਸਿੰਘ ਯਾਨਕਿ ਬਗਤ ਸਿੰਘ ਨੂੰ ਜਦੋਂ ਸ਼ਹੀਦੀ ਪ੍ਰਾਪਤ ਹੋਈ ਸੀ ਫਾਂਸੀ ਦਿੱਤੀ ਗਈ ਸੀਗੀ ਉਹ ਡੇਟ ਤਾਂ ਸਭ ਨੂੰ ਯਾਦ ਹੈਗਾ ਪੰਜਾਬ ਦੇ ਵਿੱਚ ਤਾਂ ਸਭ ਨੂੰ ਯਾਦ ਹੁੰਦੀ ਹੈ ਕਿ ਜੀ ਉਹਨਾਂ ਨੂੰ ਸ਼ਹੀਦੀ ਜਿਹੜਾ ਮਾਰਚ 23 1931 ਨੂੰ ਪ੍ਰਾਪਤ ਹੋਈ ਸੀਗੀ ਫਿਰ ਗੱਲ ਕਰਦੇ ਆਪਾਂ ਕਰਾਚੀ ਸੈਸ਼ਨ ਜਿਹੜਾ ਹੋਇਆ ਸੀਗਾ ਉਹ ਹੋਇਆ ਸੀਗਾ ਜੀ 26 ਤੋਂ 29 ਮਾਰਚ 1931 ਹਾਲਾਂਕਿ ਤੁਸੀਂ ਦੇਖਣਾ ਡੇਟ ਨਾ ਕਾਫੀ ক্লোਜ਼ ক্লোਜ਼ ਨੇ ਇਸੇ ਦਾ ਧਿਆਨ ਰੱਖਣਾ ਆਪਾਂ ਕਰਾਚੀ ਸੈਸ਼ਨ ਹੋਇਆ ਸੀਗਾ ਇੰਟਰਨੈਸ਼ਨਲ ਕਾਂਗਰਸ ਦਾ 1931 ਯਾਨੀ ਕਿ ਮਾਰਚ ਐਂਡ ਮਾਰਚ ਦੇ ਵਿੱਚ 26 ਤੇ 29 ਦੇ ਚਿੰਨ 3 ਦਿਨ ਚੱਲਿਆ ਸੀਗਾ ਤੇ ਸੈਕੰਡ ਰਾਉਂਡ ਟੇਬਲ ਕਾਨਫਰੰਸ ਜਿਹੜੀ ਹੋਈ ਸੀ ਉਹ ਹੋਈ ਸੀਗੀ 1931 ਦੇ ਵਿੱਚ ਲੇਕਿਨ ਦਸੰਬਰ ਮਹੀਨੇ ਦੇ ਅੰਦਰ ਹੋਈ ਸੀਗੀ ਹੁਣ ਇਹਦੇ ਨਾਲ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਕੀ ਆਊਗਾ ਜੀ ਗੰਦੀਰ ਵਨ ਇਫੈਕਟ ਫਿਰ ਐਗਜ਼ੀਕਿਊਸ਼ਨ ਆਬਸਿੰਗ ਫਿਰ ਕਰਾਤੀ ਸੈਸ਼ਨ ਤੇ ਫਿਰ ਹੋਊਗਾ ਜੀ ਸੈਕਿੰਡ ਰਾਉਂਡ ਟੇਬਲ ਕੋਨਟੈਟਸ ਥੈਟ ਮੀਨਸ 4 3 2 1 ਯਾਨਕਿ 4321 ਨੰਬਰ ਜਿਹਦਾ ਹੈ ਜੀ ਉਹਨੂੰ ਸਹੀ ਲਾ ਦਿਓ 4321 অপਸ਼ਨ ਨੰਬਰ ਸੀ ਕਾਫੀ ਥੋੜਾ ਜਨਾ ਟਿਪੀਕਲ ਸੀਗਾ ਕਿਉਂਕਿ ਐਗਜ਼ੈਕਟ ਡੇਟ ਪੁੱਛੀ ਹੋਈ ਸੀਗੀ ਤੇ ਪੀਸੀਐਸ ਲੈਵਲ ਦੇ ਵਿੱਚ ਆਪਾਂ ਸੋਚ ਵੀ ਸਕਦੇ ਹਾਂ ਕਿੰਦਾ ਦਾ ਸ਼ਾਇਦ ਪੁੱਛੇ ਨੀਤਾ ਜਾਵੇ ਕਿਉਂਕਿ ਆਹ ਕੁਐਸਚਨ ਯੂਪੀ ਐਂਗੇਜ ਦਾ ਉੱਤਰ ਪ੍ਰਦੇਸ਼ ਦਾ ਜਿਹੜਾ ਪੀਸੀਐਸ ਹੁੰਦਾ ਜਿਵੇਂ ਆਪਾਂ ਪੰਜਾਬ ਦਾ ਦੇਵਾਂਗੇ ਉਹਦੇ ਵਿੱਚ ਪੁੱਛਿਆ ਗਿਆ ਸੀਗਾ ਹਾਲਾਂਕਿ ਸਾਰੇ ਕੁਐਸਚਨ ਕਿਤੇ ਨਾ ਕਿਤੇ ਪੁੱਛੇ ਗਏ ਨੇ ਇਹ ਤਾਂ ਦੀ ਗੱਲ ਨਹੀਂ ਹੈਗੀ ਨੈਕਸਟ ਹੈਗਾ ਜੀ ਰੇਡੀਓਐਕਟਿਵ ਡੇਟਿੰਗ ਉਹ ਆਪਾਂ ਜਿਹੜਾ ਹੈਗਾ ਆਈਸੋਟੋਪ ਡੇਟਿੰਗ ਦਿੱਤੀ ਸੀਗੀ ਆਹ ਰੇਡੀਓਐਕਟਿਵ ਡੇਟਿੰਗ ਪੁੱਛਿਆ ਗਿਆ ਬੇ ਕਿਸ ਚੀਜ਼ ਨੂੰ ਮੈਜ਼ਰ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਜਿਹੜੀ ਰੇਡੀਓਐਕਟਿਵ ਡੇਟਿੰਗ ਹੈ ਜੀ ਉਹ ਆਪਾਂ ਜਿਹੜੀ ਰੌਕਸ ਹੁੰਦੀਆਂ ਨੇ ਕਿ ਚਟਾਨਾਂ ਹੁੰਦੀਆਂ ਨੇ ਉਹਨਾਂ ਦੀ ਏਜ ਪਤਾ ਕਰਨ ਲਈ ਯੂਜ਼ ਕਰਦੇ ਆਂ ਇਹਦੇ ਬਾਰੇ ਵੀ ਮੈਂ ਉਸ ਜਿਹੜਾ ਸਾਇੰਸ ਦਾ 8ਵਾਂ ਪਾਰਟ ਹੈ ਨਾ ਉਹਦੇ ਬਾਰੇ ਡਿਟੇਲ ਚ ਡਿਸਕਸ ਕੀਤਾ ਹੋਇਆ ਜੀ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਡੈਫੀਨਿਟਲੀ ਦੇਖਣਾ ਆਦਰਵਾਇਜ਼ ਇਹ ਕੁਐਸਚਨ ਦੇ ਆਨਸਰ ਤੋਂ ਤੁਸੀਂ ਸਟਿਕ ਰਹਿਣਾ ਹੈ ਵਨ ਲਾਈਨ ਦਾ ਟਾਈਪ ਦੇਖਣਾ ਹੈ ਤਾਂ ਤੁਸੀਂ ਏਜ ਆਫ ਰੋਕਸ ਆਨਸਰ ਨੰਬਰ ਏ ਉਸ ਤੋਂ ਬਾਅਦ ਆਏਗਾ ਇਕਲੀ ਵੀਡੀਓ ਨਾ ਦੋ ਤਿੰਨ ਦਿਨ ਤੋਂ ਆ ਨਹੀਂ 파ਰੀ ਸੀ ਕਿਉਂਕਿ ਥੋੜਾ ਜਿਹਾ ਪਰਸਨਲ ਮੈਨੂੰ ਇਸ਼ੂ ਸੀਗੇ ਥੋੜਾ ਜਿਹਾ ਉਸ ਕਰਕੇ ਮੈਂ ਹੁਣ ਥੋੜਾ ਠੀਕ ਹੈ ਸਭ ਕੁਝ ਓਕੇ ਹੈ ਤਾਂ ਮੈਂ ਸੋਚ ਰਿਹਾ ਕਿ ਵੀਡੀਓ ਜਿਹੜੀ ਆਪਣੀ ਕੰਟੀਨਿਊ ਵਿੱਚ ਪੈਂਦੀ ਰਵੇ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡ ਵਿਚ ਟਾਈਪ ਆਫ ਗਵਰਨੈਂਸ ਸਿਸਟਮ ਯਾਨਕਿ ਆਪਣਾ ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ ਹੈ ਉਹ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਆਪਾਂ ਨੂੰ ਪ੍ਰਦਾਨ ਕਰਦਾ ਹੈਗਾ ਕਿਉਂਕਿ ਦੋ ਤਰ੍ਹਾਂ ਦੇ ਸਿਸਟਮ ਹੈ ਇੱਕ ਤਾਂ ਹੈਗਾ ਪ੍ਰੈਜ਼ੀਡੈਂਸ਼ੀਅਲ ਜਿਵੇਂ ਯੂਐਸਏ ਦੇ ਵਿੱਚ ਹੈਗਾ ਹੁਣੀ ਜੋ ਬਾਈਡਨ ਹੈ ਪ੍ਰੈਜ਼ੀਡੈਂਟ ਬਣਿਆ ਇੱਕ ਹੈਗਾ ਪਾਰਲੀਮੈਂਟ ਜਿਵੇਂ ਇੰਡੀਆ ਦੇ ਵਿੱਚ ਹੋ ਗਿਆ ਯੂਕੇ ਦੇ ਵਿੱਚ ਹੋ ਗਿਆ ਤਾਂ ਆਪਣਾ ਜਿਹੜਾ ਇੰਡੀਆ ਹੈਗਾ ਉਹ ਕਿਹੜਾ ਕਨਸਟੀਟਿਊਸ਼ਨ ਹੈਨ ਕਿਹੜੀ ਤਰ੍ਹਾਂ ਦੀ ਗਵਰਨਮੈਂਟ ਬਣਾਉਂਦਾ ਹੈ ਜੀ ਉਹ ਬਣਾਉਂਦਾ ਹੈ ਜੀ ਪਾਰਲੀਮੈਂ ਤੇ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਕੁਆਸੀ ਫੈਡਰਲ ਸਿਸਟਮ ਹੈਗਾ ਕੁਆਸੀ ਫੈਡਰਲ ਕਿਉਂ ਕਹਿੰਦੇ ਨੇ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗਾ ਬਹੁਤ ਹੀ ਟ੍ਰੀਕੀ ਕੁਸ਼ਚਨ ਹੈ ਤੇ ਬਹੁਤ ਹੀ ਪਿਆਰਾ ਹੈ ਤੁਹਾਨੂੰ ਬੜੇ ਪਿਆਰ ਨਾਲ ਸਮਝਾਵਾਂਗਾ ਬੜੇ ਹੀ ਤਰੀਕੇ ਦੇ ਨਾਲ ਅੱਜ ਦਾ ਆਨਸਰ ਕੀ ਆਪਣਾ ਪਾਰਲੀਮੈਂਟਰੀ ਉਸ ਤੋਂ ਬਾਅਦ ਹੈਗਾ ਵਿਚ ਵਨ ਆਫ ਦਾ ਫੋਲੋਇੰਗ ਇਜ਼ empowered to alter the boundaries of state and the constitution of india ਯਾਨੀ ਕਿ ਕਿਸ ਦੇ ਕੋਲ ਪਾਵਰ ਹੈ ਕਿ ਕਿਸੇ ਸਟੇਟ ਦੀ ਬਾਉਂਡਰੀ ਨੂੰ ਚੇਂਜ ਕਰਨਾ ਜਾਂ ਨਵਾਂ ਵੀ ਸਟੇਟ ਬਣਾ ਦੇਣਾ ਕਿ ਪਾਰਲੀਮੈਂਟ ਕੋਲ ਪਾਵਰ ਹੈ ਲੋਕ ਸਭਾ ਕੋਰ ਪ੍ਰੈਜ਼ੀਡੈਂਟ ਕੋਰ ਸੁਪਰੀਮ ਕੋਰ ਤਾਂ ਜੀ ਕੁਝ ਵੀ ਚੀਜ਼ ਨਾਲ ਪਲੱਸ ਮਾਈਨਸ ਕਰਨੀ ਹੈ ਨਾ ਉਹਦੇ ਲਈ ਪਾਵਰ ਹੁੰਦੀ ਹੈ ਪਰਲਮੈਂਟ ਦੀ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ ਹੁਣ ਥੋੜੇ ਜਿਹਾ ਇੱਕ ਦੋ ਆਰਟੀਕਲ ਨੇ ਜਿਹੜੇ ਦੇ ਨਾਲ ਬਹੁਤ ਜ਼ਿਆਦਾ ਰਿਲੇਟ ਕਰਦੇ ਨੇ ਕਿਹੜੇ-ਕਿਹੜੇ ਨੇ ਜਿਹੜਾ ਆਪਣਾ ਕਨਸਟੀਟਿਊਸ਼ਨ ਦਾ ਆਰਟੀਕਲ ਨੰਬਰ ਦੂਜਾ ਹੈਗਾ ਉਹ ਕਹਿੰ ਸਕਦਾ ਹੈ ਕਿ ਆਪਣਾ ਜਿਹੜਾ ਸਟੇਟ ਆਪਾਂ ਇੱਕ ਨਵਾਂ ਕ੍ਰੀਏਟ ਕਰ ਸਕਦੇ ਆ ਆਰਟੀਕਲ ਨੰਬਰ 3 ਕਹਿੰਦਾ ਹੈਗਾ ਕਿ ਜਾਂ ਤਾਂ ਆਪਾਂ ਇੱਕ ਨਿਆ ਸਟੇਟ ਬਣਾ ਸਕਦੇ ਆ ਦੋ ਸਟੇਟ ਨੂੰ ਸੈਪਰੇਟ ਕਰਕੇ ਜਾਂ ਦੋ ਹਨ ਵਿਕ ਬਣਾ ਕੇ ਕਿਉਂਕਿ ਇਹਨੂੰ ਤੁਸੀਂ ਦੇਖਿਆ ਹੋਣਾ ਜੰਮੂ ਕਸ਼ਮੀਰ ਨੂੰ ਵੀ ਅਲੱਗ ਕੀਤਾ ਗਿਆ ਸੀਗਾ ਤਾਂ ਪਰਲਮੈਂਟ ਦੇ ਵਿੱਚ ਹੀ ਕੀਤਾ ਸੀਗਾ ਕਿ ਉਹਨੂੰ ਸਟੇਟ ਤੋਂ ਯੂਟੀ ਬਣਾ ਦਿੱਤੀ ਗਈ ਸੀਗੀ ਤੇ ਪਰਲਮੈਂਟ ਕੋਲ ਹੀ ਇਜਾਜ਼ਤ ਹੈ ਇਨਕਰੀਜ਼ ਕਰਨ ਦੀ ਘੱਟ ਕਰਨ ਦੀ ਤੇ ਕਿਸੇ ਵੀ ਏਰੀਆ ਜਿਹੜਾ ਹੈਗਾ ਚੇਂਜ ਕਰਨ ਦੀ ਤੇ ਜਿਹੜਾ ਕਿਸੇ ਸਟੇਟ ਦਾ ਨਾਮ ਚੇਂਜ ਕਰਨਾ ਹੈਗਾ ਧਿਆਨ ਕਿਉਂ ਮੈਂ ਸਟੇਟ ਦਾ ਨਾਮ ਚੇਂਜ ਕਰਨ ਦੀ ਗੱਲ ਕੀਤੀ ਹੈ ਤੁਸੀਂ ਉਹਦੇ ਨਾਲ ਨਾ ਮੈਚ ਕਰਨਾ ਜਾਣਾ ਜਿਵੇਂ ਯੋਗੀ ਜੀ ਕਿਸੇ ਨਾਲ ਕਿਸੇ ਕਿ ਦ ਸਟੇਸ਼ਨ ਦਾ ਨਾਮ ਬਦਲਤਾ ਆ ਉਹਦੇ ਨਾਲ ਉਹਦੇ ਨਾਲ ਨਹੀਂ ਤੁਸੀਂ ਕੰਪੇਅਰ ਕਰਨਾ ਹੈ ਕੋ ਵੱਡ ਚੀਜ਼ ਹੈ ਆਨਸਰ ਹੈ ਜੀ ਪਾਰਲੀਮੈਂਟ ਆਪਸ਼ਨ ਨੰਬਰ ਏ ਉਸ ਤੋਂ ਬਾਅਦ ਕਹਿ ਰਿਹਾ ਜੀ ਸਟੇਟਮੈਂਟ ਪੜ੍ਹਨੀ ਆਪਾਂ ਕਿਹੜੀ ਕਿਹੜੀ ਸਟੇਟਮੈਂਟ ਹੈ ਕਿ ਜਿਹੜਾ ਚੰਦੂ ਲਾਲ ਤ੍ਰਿਵੇਦੀ ਸੀਗੇ ਉਹ ਪੰਜਾਬ ਦੇ ਫਰਸਟ ਗਵਰਨਰ ਸੀਗੇ ਤੇ ਗੋਪੀ ਚੰਦ ਭਾਰਗਵਾ ਜੀ ਜਿਹੜੇ ਸੀਗੇ ਆਪਣੇ ਪੰਜਾਬ ਦੇ ਫਰਸਟ ਸੀਐਮ ਸੀਗੇ ਕਿਹੜੀ ਸਟੇਟਮੈਂਟ ਇਹਦਾ ਵਿੱਚ ਸਹੀ ਹੈ ਕਾਫੀ ਬੇਸਿਕ ਕੁਐਸਚਨ ਹੈ ਤੇ ਇਹਦਾ ਆਨਸਰ ਤੁਹਾਨੂੰ ਮੈਂ ਨਹੀਂ ਦੱਸਾਂਗਾ ਤੁਸੀਂ ਆਪਣੇ ਇਸ ਕੁਐਸਚਨ ਦਾ ਆਨਸਰ ਕਿਉਂਕਿ ਮੈਂ ਤੁਹਾਨੂੰ ਕੋਈ ਹੋਰ ਕੁਐਸਚਨ ਨਹੀਂ ਪੁੱਛਾਂਗਾ ਤੁਸੀਂ ਨਾ ਥੱਲੇ 328 ਲਿਖ ਕੇ ਆਪਣਾ ਆਨਸਰ ਜਰੂਰ ਸ਼ੇਅਰ ਕਰਿਓ ਕਿ ਪਹਿਲੀ ਸਟੇਟਮੈਂਟ ਸਹੀ ਹੈ ਬੀ ਜਾਂ ਸੀ ਜਾਂ ਡੀ ਕਿਹੜਾ ਸਹੀ ਹੈਗਾ ਗਾਂਧੀ-ਰਵਿੰਨ ਪੈਕਟ ਕਦੋਂ ਹੋਇਆ ਸੀ ਜੀ ਹੁਣ ਹੀ ਡਿਸਕਸ ਕਰਕੇ ਆਟਾ 1931 ਦੇ ਵਿੱਚ ਬਾਰ ਬਾਰ ਹੀ ਸਿਲੀ ਲੈ ਰਹੇ ਆਂ ਕੁਐਸਚਨ ਬਹੁਤ ਇੰਪੋਰਟੈਂਟ ਹੈ ਤੇ ਐਗਜ਼ਾਮ ਦੇ ਵਿੱਚ ਆ ਸਕਦਾ ਕਿਉਂਕਿ ਜਿਤੋਂ ਜਿਤ ਤੱਕ ਮੈਨੂੰ ਯਾਦ ਹੈ ਨਾ ਜਿਹੜਾ 2016 ਦੇ ਵਿੱਚ ਪਟਵਾਰਦ ਦਾ ਪੇਪਰ ਹੋਇਆ ਸੀ ਨਾ ਉਹਦੇ ਵਿੱਚ ਵੀ ਆ ਕੁਐਸਚਨ ਪੁੱਛਿਆ ਗਿਆ ਸੀ ਆਨਸਰ ਆਏਗਾ ਆਪਸ਼ਨ ਨੰਬਰ ਬੀ ਇਹ ਹੁਣ ਜਿਹੜੀ ਗੱਲ ਹੈ ਕਿ ਗਾਂਧੀ ਅਰਵਿਨ ਪੈਕਟ ਦੇ ਵਿੱਚ ਹੋਇਆ ਕੀ ਕੀ ਸੀਗਾ ਕਿਉਂਕਿ ਕਾਂਗਰਸ ਜਾਣਾ ਨਹੀਂ ਜਾਂਦੀ ਸੀਗੀ ਲੇਕਿਨ ਬਾਅਦ ਵਿੱਚ ਜਿਹੜਾ ਉਸ ਸਮੇਂ ਦਾ ਵਾਇਸਰਾਏ ਸੀਗਾ ਅਰਵਿਨ ਅਰਵਿਨ ਤੇ ਗਾਂਧੀ ਨਾਲ ਜਿਹੜੀ ਸੀ ਸੈਟਿੰਗ ਹੋਈ ਸੀ ਵੀ ਇੱਕ ਪੈਕਟ ਸਾਈਨ ਹੋਇਆ ਸੀਗਾ ਤੇ ਆ ਜਿਹੜੇ 6 ਪੁਆਇੰਟ ਤੁਸੀਂ ਦੇਖ ਰਹੇ ਹੋ ਨਾ ਇਹ ਥੋੜਾ ਜਿਹਾ ਉਹਨਾਂ ਦੇ ਬਾਰੇ ਹਲਕੀ ਜਿਹੀ ਮੈਂ ਤੁਹਾਨੂੰ ਨੋਲਿਜ ਦੇਣਾ ਚਾਹਨਾ ਵੀਡੀਓ ਪੋਸਟ ਕਰਕੇ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਉਸ ਤੋਂ ਬਾਅਦ ਹੈਗਾ ਜੀ ਇਹਨਾਂ ਵਿੱਚੋਂ ਇਨਕਰੈਕਟ ਸਟੇਟਮੈਂਟ ਕਿਹੜੀ ਹੈ ਹਲਕੀਆ ਕੁਐਸਚਨ ਨਾ ਇੱਕ ਤਾਂ ਮੇਰੇ ਸਟੂਡੈਂਟ ਨੂੰ ਮੈਂ ਪਰਸਨਲੀ ਭੇਜਿਆ ਸੀਗਾ ਕਿਉਂਕਿ ਮੈਂ ਉਸ ਟਾਈਮ ਵੀਡੀਓ ਬਣਾ ਰਿਹਾ ਸੀਗਾ ਤੇ ਉਹ ਕੁਝ ਪੁੱਛ ਰਹੇ ਸੀਗੇ ਤਾਂ ਮੈਂ ਉਹਨਾਂ ਨੂੰ ਡਿਸਕਸ ਕਰ ਲਿਆ ਉਹਨਾਂ ਨਾਲ ਵੀ ਤੁਸੀਂ ਆਨਸਰ ਦੱਸੋ ਮੈਨੂੰ ਪਹਿਲੀ ਸ਼ੈਮਨ ਕਹਿੰਦੀ ਹੈ ਕਿ ਮਹਾਰਾਜਾ ਅਜੀਤ ਸਿੰਘ ਬਿਲੋਂਗ ਟੂ ਰਾਮਗੜੀਆ ਮਿਸਲ ਤਾਂ ਦਾ ਕੁਐਸਚਨ ਜੀ ਬਿਲਕੁਲ ਗਲਤ ਹੈ ਪਹਿਲੀ ਗੱਲ ਕੀ ਹੋ ਗਈ ਹੁਣ ਆਪਾਂ ਆ ਚੀਜ਼ ਦੇਖ ਸਕਦੇ ਹਾਂ ਕਿ ਫਰਸਟ ਤਾਂ ਆਪਣੀ ਆਨਸਰ ਦੇ ਵਿੱਚ ਆਊਗਾ ਹੀ ਆਊਗਾ ਤੇ ਫਰਸਟ ਕਿਹੜੇ ਕਿਹੜੇ ਆਪਸ਼ਨ ਚ ਹੈ ਪਹਿਲੇ ਚ ਵੀ ਦੂਜੇ ਚ ਵੀ ਤੀਜੇ ਚ ਵੀ ਤਾਂ ਆਪਾਂ ਚੌਥਾ ਦਾ ਚਲੋ ਐਲੀਮੀਨੇਟ ਕਰ ਦਿੰ ਕੋਈ ਮਰਜੀ ਕਰਾਪਾ ਨੂੰ ਕੰਪਲੀਟ ਨੋਲੇਜ ਵੀ ਨਹੀਂ ਹੁੰਦੀ ਨਾ ਆਪਾਂ ਐਲੀਮੀਨੇਸ਼ਨ ਵਾਲੀ ਸਿਸਟਮ ਯੂਜ਼ ਕਰ ਸਕਦੇ ਆ ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਕੋਹਿੰਨੂਰ ਸੀਗਾ ਉਹ ਸ਼ਾਹ ਚੋਂ ਜਿਆਦਾ ਵਾਪਸ ਲਿਆ ਸੀਗਾ ਤਾਂ ਸਟੇਟਮੈਂਟ ਬਿਲਕੁਲ ਸਹੀ ਹੈ ਥੈਟ ਮੀਨਸ ਦੂਜਾ ਸਟੇਟਮੈਂਟ ਨਹੀਂ ਹੋਣਾ ਚਾਹੀਦਾ ਦੂਜਾ ਸਟੇਟਮੈਂਟ ਹੈ ਕਿ ਤੇ ਬਿਲਕੁਲ ਹੈਗਾ ਜੀ ਯਾਨੀ ਕਿ ਆਪਣਾ ਆਪਸ਼ਨ ਨੰਬਰ ਬੀ ਤੇ ਡੀ ਕੱਟ ਗਿਆ ਥਰਡ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਲ ਜਿਹੜੇ ਟ੍ਰੇਨਿੰਗ ਸੀਗੀ ਉਹ ਯੂਰੋਪੀਅਨ ਦਿੰਦੇ ਸੀਗੇ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੇ ਕੋਲ ਵੈਂਚਰ ਤੇ ਐਲਨ ਨਾਮ ਦੇ ਦੋ ਬੰਦੇ ਸੀਗੇ ਜਿਹੜੇ ਆਰਮੀ ਨੂੰ ਟ੍ਰੇਨਿੰਗ ਦਿੰਦੇ ਸੀਗੇ ਤਾਂ ਸਟੇਟਮੈਂਟ ਵੀ ਬਿਲਕੁਲ ਸਹੀ ਹੈ ਯਾਨੀ ਕਿ ਤੀਜਾ ਵੀ ਖਤਮ ਹੋ ਗਿਆ ਆਪਣੇ ਕੋਲ ਆਪਸ਼ਨ ਕਿਹੜਾ ਰਹਿ ਗਿਆ ਆਪਸ਼ਨ ਨੰਬਰ A ਰਹਿ ਗਿਆ ਗੱਲ ਖਤਮ ਆਪਾਂ ਗੱਲ ਡਿਸਕਸ ਕਰਨ ਦੀ ਲੋੜ ਹੀ ਨਹੀਂ ਹੈਗੀ ਫਿਰ ਵੀ ਮੈਂ ਤੁਹਾਨੂੰ ਨੋਲਿਜ ਲਈ ਦੱਸ ਦਿੰਨਾ ਕਿ ਮਹਾਰਾਜਾ ਰਣਜੀਤ ਸਿੰਘ ਕੀ ਸੀਗੇ ਸੈਕੂਲਰ ਮਹਾਰਾਜਾ ਸੀਗੇ ਸੈਕੂਲਰ ਮਹਾਰਾਜਾ ਦਾ ਮਤਲਬ ਹੈ ਕਿ ਕਿਸੇ ਇੱਕ ਧਰਮ ਨੂੰ ਅਹਮियत ਨਾ ਦੇਣਾ ਨਨਕੇ ਦੂਜੇ ਧਰਮਾਂ ਨੂੰ ਵੀ ਅਹਮਿਤ ਦੇਣੀ ਚਾਹੀਦੀ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਗੋਲਡਨ ਟੈਂਪਲ ਨੂੰ ਗੋਲ गोल्डन टेंपल क्यों क्योंकि उन्होंने सोना है जड़ा सीगा गोल्डन टेंपल पे चढ़ाया सीगा इनके हरबंदर साहिब ने चढ़ाया सीगा ਤੇ ਜਿਹੜੇ ਹਿਮਾਚਲ ਦੇ ਵਿੱਚ ਵੀ ਕੁਝ ਮੰਦਰ ਸੀਗੇ ਜਿਵੇਂ ਜਵਾਲਾਜੀ ਹੋ ਗਿਆ ਉਹਨਾਂ ਨੂੰ ਵੀ ਜਿਹੜਾ ਸੀਗਾ 골ਡ ডোনেট ਕੀਤਾ ਸੀਗਾ ਤਾਂ ਆਪਣਾ ਆਨਸਰ ਹੋ ਜਾਊਗਾ অপਸ਼ਨ ਨੰਬਰ A ਉਸ ਤੋਂ ਬਾਅਦ ਆਏਗਾ ਕਿ ਫਰਟੀਲਾਈਜ਼ਰ ਜਿਹੜਾ ਆਪਾਂ ਯੂਜ਼ ਕਰਦੇ ਆ ਆਪਣੇ ਖੇਤਾਂ ਵਿੱਚ ਪਾਣ ਲਈ ਉਹਨਾਂ ਵਿੱਚੋਂ ਜਨਰਲੀ ਕੀ ਪ੍ਰੈਜ਼ੈਂਟ ਨਹੀਂ ਹੁੰਦਾ ਹੈਗਾ ਬੇਸਿਕਲੀ ਇਸ ਕੁਸ਼ਣ ਦਾ ਆਨਸਰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਇੱਕ ਨਾ ਹੁੰਦੇ ਨੇ ਮਾਈਕਰੋ ਨਿਊਟਰੀਐਂਟ ਇੱਕ ਹੁੰਦੇ ਨੇ ਮੈਕਰੋ ਨਾਪ ਤੀ ਪਤਾ ਲੱਗ ਰਿਹਾ ਮਾਈਕਰੋ ਯਾਨੀ ਕਿ ਜਿਹੜਾ ਘੱਟ ਕਵਾਂਟਿਟੀ ਦੇ ਵਿੱਚ ਚਾਹੀਦੇ ਹੁੰਦੇ ਨੇ ਮੈਕਰੋ ਜਿਹੜਾ ਜ਼ਿਆਦਾ ਦੇ ਵਿੱਚ ਚਾਹੀਦੇ ਹੁੰਦੇ ਨੇ ਜਿਵੇਂ ਆਇਰਨ ਮੈਗਨੀਜ਼ ਜਿੰਕ ਬੋਰਨ ਕਾਪਰ ਮੋਲੀਬਡੇਨਮ ਇਹ ਮਾਈਕਰੋ ਦੇ ਵਿੱਚ ਚਾਹੀਦੇ ਨੇ ਤੇ ਜ਼ਿਆਦਾ ਵਿੱਚ ਹੋਗਾ ਜਿਵੇਂ ਕਾਰਬਨ ਹਾਈਡਰੋਜਨ ਆਕਸੀਜਨ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਆ ਜਿਹੜੀ ਲਿਸਟ ਹੈ ਯਾਦ ਰੱਖਿਓ ਤੇ ਆਪਾਂ ਜਿਹੜਾ ਫਰਟੀਲਾਈਜ਼ਰ ਹੈ ਉਹ ਇਸ ਤਰ੍ਹਾਂ ਤੋਂ ਯੂਜ਼ ਕੀ ਕਰਦੇ ਆ ਜੀ ਉਹਦੀ ਫਰਟੀਲਿਟੀ ਵਧਾਉਣ ਲਈ ਕਿਉਂਕਿ ਜੇ ਫਰਟੀਲਿਟੀ ਰਹੂਗੀ ਤਾਂ ਹੀ ਫਸਲ ਦਾ ਜਿਹੜਾ ਹਾਈਡਰੋਜਨ ਆਕਸੀਜਨ ਤਾਂ ਕਾਰਬਨ ਡਾਈਆਕਸਾਈਡ ਤੇ ਹਾਈਡਰੋਜਨ ਤੋਂ ਲੈ ਲੈਂਦੇ ਨੇ ਸੌਰੀ ਵਾਟਰ ਤੋਂ ਲੈ ਲੈਂਦੇ ਕਿਉਂਕਿ ਵਾਟਰ ਕੀ ਹੈ ਜੇ ਆਪਾਂ ਕੈਮੀਕਲ ਫਾਰਮੂਲੇ ਦੀ ਗੱਲ ਕਰੀਏ H2O ਇਨਕੇ ਦੇ ਵਿੱਚ ਹਾਈਡਰੋਜਨ ਵੀ ਹੋ ਗਿਆ ਤੇ ਆਕਸੀਜਨ ਵੀ ਹੋ ਗਿਆ ਤੇ ਕਾਰਬਨ ਡਾਈਆਕਸਾਈਡ ਤੋਂ ਕਾਰਬਨ ਮਿਲ ਹੀ ਜਾਂਦੀ ਹੈ ਜੀ ਤੇ ਜਿਹੜਾ ਫਰਟੀਲਾਈਜ਼ਰ ਬਾਰੇ ਪੁੱਛਿਆ ਗਿਆ ਹੈਗਾ ਮੇਰੇ ਹਿਸਾਬ ਨਾਲ ਉਹਦਾ ਆਨਸਰ ਨਾ ਆਇਰਨ ਹੋਣਾ ਚਾਹੀਦਾ ਤੇ ਇਹਦੇ ਆਪਸ਼ਨ ਦੇ ਵਿੱਚ ਹੈਗਾ ਨਹੀਂ ਤੇ ਆ ਕੁਐਸਚਨ ਨੇ ਮੈਂ ਜਿਹੜੀ ਨੈਕਸਟ ਵੀਡੀਓ ਆਉਗੀ ਨਾ ਉਹਦੇ ਵਿੱਚ ਦੁਬਾਰਾ ਡਿਸਕਸ ਕਰਾਂਗਾ ਤੇ ਮੈਂ ਦੇਖਦਾ ਕਿ ਇਹਦੇ ਵਿੱਚ ਕੀ ਮਿਸਟੇਕ ਰਹਿ ਗਈ ਹੈ ਕੁਐਸਚਨ ਦੇ ਵਿੱਚ ਜਾਂ ਮੈਂ ਲਿਖਣ ਦੇ ਵਿੱਚ ਗਲਤੀ ਕਰ ਦਿੱਤੀ ਹੈ ਆ ਗੋਸ਼ਨਾ ਮੇਂ ਛੱਡ ਦੇਣਾ ਸੋ ਤੋਂ ਨੈਕਸਟ ਵੀਡੀਓ ਦੇ ਵਿੱਚ ਸੋ ਤੋਂ ਪਹਿਲਾ ਕੁਐਸਚਨ ਆਈ ਡਿਸਕਸ ਕਰਾਂਗਾ ਕਿਉਂਕਿ ਮੇਰੇ ਸਾਬ ਨਾਲ ਆਇਰਨ ਹੋਣਾ ਚਾਹੀਦਾ ਹੈ ਜਾਂ ਫਿਰ ਦਾ ਅਨਸਰ ਹਾਈਡਰੋਜਨ ਹੋਣਾ ਚਾਹੀਦਾ ਤਾਂ ਮੈਂ ਤੁਹਾਨੂੰ ਗਲਤ ਨਾ ਪੜ੍ਹਾਉਂਦੇ ਹੋਣ ਆਈ ਸਲਾ ਦੇਵਾਂਗਾ ਵੀ ਆਹ ਕੁਐਸਚਨ ਵਾਲੇ ਸਕਿੱਪ ਕਰੋ ਨੈਕਸਟ ਵੀ ਦਾ ਪਹਿਲਾ ਕੁਐਸਚਨ ਆਹੀ ਹੋਊਗਾ ਸਮਝ ਨਹੀਂ ਆ ਰਿਹਾ ਕਿ ਸੌਰੀ ਫੋਰ 댓 ਕਿ ਇਦਾਂ ਹੋ ਗਿਆ ਉਸ ਤੋਂ ਬਾਅਦ ਹੈ ਕਿ ਜਿਹੜਾ ਪਲਾਂਟ ਹੈ ਉਹ ਕਿਹੜੀ ਫਾਰਮ ਦੇ ਵਿੱਚ ਨਾਈਟ੍ਰੋਜਨ ਰਿਸੀਵ ਕਰਦੇ ਨੇ ਮੈਂ ਤੁਹਾਨੂੰ ਕੁਐਸਚਨ ਦੱਸਿਆ ਸੀ ਨਾ ਕਿ ਐਟਮੋਸਫੇਅਰ ਵਿੱਚ ਆਪਣੀ 78% ਜਿਹੜੀ ਨਾਈਟ੍ਰੋਜ ਫਿਰ ਵੀ ਪੌਦਿਆਂ ਨੂੰ ਨਾਈਟ੍ਰੋਜਨ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਆਪਾਂ ਖਾਦ ਪਾਣੇ ਆ ਯੂਰੀਆ ਪਾਉਣੇ ਆ ਯੂਰੀਆ ਦੇ ਵਿੱਚ ਵੀ ਨਾਈਟ੍ਰੋਜਨ ਹੀ ਹੁੰਦਾ ਹੈ ਜੀ ਤਾਂ ਕਿਹੜੀ ਫਾਰਮ ਦੇ ਵਿੱਚ ਯੂਜ਼ ਕਰਦੇ ਨੇ ਕਿਉਂਕਿ ਜੇਕਰ ਐਟਮੋਸਫੇਰਿਕ ਫਾਰਮ 'ਚ ਯੂਜ਼ ਕਰ ਰਹੇ ਹੁੰਦੇ ਨਾ ਤਾਂ ਆਪਾਂ ਨੂੰ ਯੂਰੀਆ ਪਾਣ ਦੀ ਲੋੜ ਨਹੀਂ ਪੈਂਦੀ ਜਿਹੜਾ ਆਪਣਾ ਖੇਤ ਆ ਉਹਦੇ ਵਿੱਚ ਤਾਂ ਇਹਦਾ ਮਤਲਬ ਹੈ ਕਿ ਜਿਹੜਾ ਪਲਾਂਟ ਹੈ ਉਹ ਆਕਸੀਜਨ ਨੂੰ ਐਵੇਂ ਓਪਨ ਫਾਰਮ ਦੇ ਵਿੱਚ ਜਿਹੜਾ ਹੈ ਅਬਜ਼ਰਬ ਨਹੀਂ ਕਰਦੇ ਰਿਸੀਵ ਨਹੀਂ ਕਰਦੇ ਤਾਂ ਉਹ ਕਿਹੜੀ ਫਾਰਮ ਦੇ ਵਿੱਚ ਉਹਨੂੰ ਯੂਜ਼ ਕਰਦੇ ਨੇ ਤੇ ਜਿਹੜੇ ਆਪਣੇ ਪੌਦੇ ਨੇ ਜੀ ਆ ਨਾਈਟ੍ਰੇਟ ਫਾਰਮ ਦੇ ਵਿੱਚ ਜਿਹੜਾ ਹੈ ਸੋਇਲ ਦੇ ਵਿੱਚ ਨਾਈਟ੍ਰੋਜਨ ਜਾਂਦੀ ਹੈਗੀ ਹੈ ਤਾਂ ਉਹ ਹੁੰਦਾ ਕੀ ਹੈ ਆਕਸਾਈਡ ਹੋ ਕੇ ਉਹ ਅਮੋਨੀਆ ਦੀ ਫਾਰਮ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਅਮੋਨੀਅਮ ਦੇ ਵਿੱਚ ਠੀਕ ਹੈ ਅਮੋਨੀਆ ਤੋਂ ਬਾਅਦ ਹੁੰਦਾ ਕਿ ਇਹ ਬੇਸਿਕਲੀ ਦੁਬਾਰਾ ਤੋਂ ਆਕਸਾਈਡ ਹੁੰਦਾ ਹੈਗਾ ਤੇ ਉਹ ਨਾਈਟ੍ਰਾਈਟ ਬਣਾਉਂਦਾ ਹੈਗਾ ਨਾਈਟ੍ਰਾਈਟ ਤੋਂ ਬਾਅਦ ਫਿਰ ਤੋਂ ਆਕਸੀਡੇਸ਼ਨ ਹੁੰਦੀ ਹੈ ਤਾਂ ਨਾਈਟ੍ਰਾਈਟ ਤੋਂ ਬਾਅਦ ਉਹ ਨਾਈਟ੍ਰੇਟ ਬਣਦਾ ਹੈਗਾ ਤੇ ਇਸੇ ਫਾਰਮ ਦੇ ਵਿੱਚ ਜਿਹੜਾ ਪਲਾਂਟ ਹੈ ਉਹਨੂੰ ਐਕਸੈਪਟ ਕਰਦਾ ਹੈਗਾ ਥੋੜਾ ਜਿਹਾ ਕਾਫੀ ਲੰਬੀ ਪ੍ਰੋਸੈਸ ਹੈਗਾ ਹਾਂ ਤੇ ਹੋਰ ਵੀ ਕੋਈ ਚੀਜ਼ਾਂ ਨੇ ਜਿਹੜੀ ਜਾਣਨ ਵਾਲੀਆਂ ਨੇ ਉਹ ਤੁਸੀਂ 8ਵੇਂ ਪਾੜ ਦੇ ਵਿੱਚ ਦੇਖ ਲਵੋਗੇ ਨੈਕਸਟ ਹੈਗਾ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈ ਮਸਕੀਟੋ ਰੈਪੈਲੈਂਟ ਹੈਗਾ ਯਾਨੀ ਕਿ ਮੱਛਰਾਂ ਨੂੰ ਦੂਰ ਕਰਨ ਲਈ ਹੈ ਮਾਰਨ ਦੇ ਵਿੱਚ ਯੂਜ਼ ਕੀਤਾ ਜਾਂਦਾ ਜਿਵੇਂ ਆਪਾਂ ਘਰੇ ਯੂਜ਼ ਕਰਦੇ ਹਾਂ ਨਾ ਕਿਹੜਾ ਕਰਦੇ ਹਾਂ ਜੀ ਉਹ ਗੁੱਡ ਨਾਈਟ ਵਗੈਰਾ ਯਾਦ ਮੈਨੂੰ ਆਹੀ ਨਾਮ ਆ ਰਿਹਾ ਗੁੱਡ ਨਾਈਟ ਵਗੈਰਾ ਬੇਸਿਕਲੀ ਕੀ ਹੁੰਦਾ ਹੈ ਕਿ ਆਪਾਂ ਯੂਜ਼ ਕਰਦੇ ਹੈਗੇ ਆ ਪਾਇਰੇਥ੍ਰਮ ਇਹ ਕੀ ਕਰਦਾ ਹੈ ਜੀ ਜਿਹੜੇ ਕੀੜੇ ਮਕੋੜੇ ਨੇ ਨਾ ਉਹਨਾਂ ਨੂੰ ਕਾਮਨਲੀ ਉਹਨਾਂ ਨੂੰ ਕੰਟਰੋਲ ਰੱਖਣ ਵਾਸਤੇ ਹੀ ਯੂਜ਼ ਕੀਤਾ ਜਾਂਦਾ ਹੈ ਪੈਸਟਿਸਾਈਡ ਤਾਂ ਇਨਸੈਕਟ ਲਈ ਕੀ ਹੁੰਦਾ ਟੌਕਸਿਕ ਹੁੰਦਾ ਜ਼ਹਿਰੀਲਾ ਹੁੰਦਾ ਹੈਗਾ ਲੇਕਿਨ ਅੱਜਕੱਲ ਕੀ ਹੋ ਤੁਸੀਂ ਦੇਖ ਰਹੇ ਹੋ ਅੱਜ ਕੱਲ ਗੁੱਡ ਨਾਈਟ ਤੁਸੀਂ ਲਾ ਲੈਣੇ ਹੋ ਗੁੱਡ ਨਾਈਟ ਨਾਲ ਵੀ ਨਹੀਂ ਮਰਦੇ ਹੈਗੇ ਸਾਰਾ ਦਿਨ ਚਲਾ ਕੇ ਰੱਖਦੇ ਹੋ ਕਮਰੇ ਦੇ ਵਿੱਚ ਬਦਬੂ ਹੋ ਜਾਂਦੀ ਹੈ ਲੇਕਿਨ ਮੱਛਰ ਨਹੀਂ ਮਰਦਾ ਹੈਗਾ ਜਸਟ ਬੀਕੋਜ਼ ਕਿ ਉਹ ਇਸ ਇੱਕ ਤਰ੍ਹਾਂ ਦੇ ਇੱਕ ਕੈਮੀਕਲ ਨੂੰ ਜਿਹੜਾ ਹੈ ਰੈਪੈਲੈਂਟ ਹੋ ਚੁੱਕਿਆ ਹੈਗਾ ਉਹਦੀ ਇਮਿਊਨਿਟੀ ਹੋ ਚੁੱਕੀ ਹੈ ਕਿ ਉਹ ਇਹਨੂੰ ਐਬਜ਼ਰਬ ਕਰ ਸਕਦਾ ਹੈਗਾ ਤੇ ਇਹਦੇ ਨਾਲ ਕੁਛ ਨੂੰ ਫਰਕ ਨਹੀਂ ਪੈਂਦਾ ਹੈਗਾ ਤਾਂ ਇਸ ਕਰਕੇ ਜਿਹੜਾ ਹੈਗਾ ਮੱਛਰ ਨਹੀਂ ਮਰ ਪੰਦੇ ਹੈਗੇ ਤਾਂ ਬੈਸਟ ਹੈ ਕਿ ਰੈਕਟ ਯੂਜ਼ ਕਰੋ ਜੀ ਮੱਛਰ ਮਰਨਗੇ ਡੈਫੀਨੇਟਲੀ ਮਰਨਗੇ ਆਨਸਰ ਹੈਗਾ ਆਪਸ਼ਨ ਨੰਬਰ A ਹੁਣ ਗੱਲ ਕਰ ਰਹੇ ਹਾਂ ਜੀ ਆਪਾਂ ਹਲ ਦਾ ਮਛਰ ਮਾਰਨੇ ਹੁਣ ਆਪਾਂ ਚੂਹਾ ਮਾਰਾਂਗੇ ਜੀ ਕਿ ਚੂਹੇ ਦੇ ਵਿੱਚ ਜਿਹੜਾ ਪੋਇਜ਼ਨ ਹੁੰਦਾ ਉਹਦੇ ਲਈ ਕਿਹੜਾ ਕੈਮੀਕਲ ਯੂਜ਼ ਕੀਤਾ ਜਾਂਦਾ ਹੈਗਾ ਇਹ ਪਾਈ ਸਾਹਿਬ ਜੀ ਤੰਗ ਤਾਂ ਬਹੁਤ ਕਰਦੇ ਨੇ ਤੇ ਇਹਦੇ ਲਈ ਆਪਾਂ ਯੂਜ਼ ਕੀ ਕਰਦੇ ਆ ਜ਼ਿੰਕ ਫਾਸਫਾਈਟ ਜਿੱਦਾਂ ਆਪਾਂ ਜ਼ਿੰਕ ਫਾਸਫਾਈਟ ਯੂਜ਼ ਕੀਤੀ ਆਪਾਂ ਜਿਹੜਾ ਹੈ ਇਹਨਾਂ ਤੋਂ ਮਤਲਬ ਬਚ ਸਕਦੇ ਆ ਕਿਉਂਕਿ ਬੇਸਿਕਲੀ ਮਰਨਗੇ ਯਾ ਤੇ ਇਹਦਾ ਜਿਹੜਾ ਅਲਟਰਨੇਟਿਵ ਯੂਜ਼ ਹੈ ਵੀ ਆਪਾਂ ਪੋਟਾਸ਼ੀਅਮ ਸਾਈਨਾਈਡ ਵੀ ਯੂਜ਼ ਕਰ ਸਕਦੇ ਆ ਤੇ ਤੁਸੀਂ ਦੇਖਣੋ ਨਾ ਰਾਈਟ ਪੋਇਜ਼ਨ ਜਿਹੜਾ ਹੈ ਨਾ ਆਪਣੇ ਲਈ ਵੀ ਇੱਕ ਤਰ੍ਹਾਂ ਦਾ ਪੋਇਜ਼ਨ ਹੀ ਆ ਕਿਉਂਕਿ ਆਪਣੇ ਜੀਨ ਮਿਲਦੇ ਨੇ ਚੂਹੇ ਨਾਲ ਇਸ ਕਰਕੇ ਜਿੰਕ ਫਾਸਫਾਈਟ ਤੋਂ ਆਪਾਂ ਨੂੰ ਬਚ ਕੇ ਰਹਿਣਾ ਪੈਂਦਾ ਪਰ ਜਦੋਂ ਵੀ ਘਰ ਦੇ ਵਿੱਚ ਪਾਉਂਦੇ ਆ ਤਾਂ ਆਹੀ ਸਲਾਹ ਦਿੱਤੇ ਜਾਂਦੇ ਕਿ ਬੱਚਿਆਂ ਤੋਂ ਦੂਰ ਰੱਖੋ ਕਿਉਂਕਿ ਆਪਾਂ ਨੂੰ ਵੀ ਰਿਐਕਟ ਕਰ ਸਕਦਾ ਆਪਣੀ ਵੀ ਡੈਥ ਹੋ ਸਕਦੀ ਹੈ ਇਹਨੂੰ ਖਾ ਕੇ ਮੌਤ ਵੀ ਜਿਹੜਾ ਹੈ ਚਾਂਸਸ ਘਟਨੇ ਮੌਤ ਹੋਣ ਦੇ ਲੇਕਿਨ ਛੋਟੇ ਬੱਚੇ ਦੀ ਇਮਿਊਨਿਟੀ ਘੱਟ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਹੋਊਂ ਜਿਆਦਾ ਇਫੈਕਟ ਤੇ ਆਹੀ ਕਹਿੰਦੇ ਨੇ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਅੱਜ ਵੀਡੀਓ ਦਾ ਲਾਸਟ ਕੁਸ਼ਚਨ ਹੈ ਕਾਫੀ ਲੰਬੀ ਵੀਡੀਓ ਚੱਲੇਗੀ ਵੈਸੇ ਅੱਜ ਦੀ ਕਿ ਮੈਟਲ ਆਫ ਫਿਊਚਰ ਕਿਸ ਨੂੰ ਕਿ ਕਾਰਨ ਕੀ ਹੈ ਸਟਰੋਂਗ ਤਾਂ ਸਟੀਲ ਜਿੰਨਾ ਹੀ ਹੈ ਬਟ ਉਹ ਤੋਂ ਹਲਕਾ ਹੈਗਾ ਦੂਜੀ ਗੱਲ ਕੀ ਹੈ ਕਰੋਜ਼ਨ ਨੂੰ ਰੈਜ਼ਿਸਟੈਂਟ ਦਿੰਦਾ ਯਾਨੀ ਕਿ ਉਹਨੂੰ ਛੇਤੀ ਛੇਤੀ ਜੰਗ ਨਹੀਂ ਲੱਗਦਾ ਹੈਗਾ ਕਿਉਂਕਿ ਆਇਰਨ ਦੇ ਵਿੱਚ ਕੀ ਹੁੰਦਾ ਹੈ ਕਿ ਜੰਗ ਲੱਗ ਜਾਂਦਾ ਹੈਗਾ ਲੋਹੇ ਦੇ ਵਿੱਚ ਲੇਕਿਨ ਜਿਹੜਾ ਟਾਈਟੇਨੀਅਮ ਹੈ ਉਹ ਜਿਹੜਾ ਹੈ ਕਰੋਜ਼ਨ ਰੈਜ਼ਿਸਡੈਂਟ ਹੈ 에ਰੋਪਲੇਨ ਇੰਡਸਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈਗਾ ਸਪੋਰਟਸ ਗੁੱਡ ਇੰਡਸਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਸਰਜਿਕਲ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈਗਾ ਯਾਨੀ ਕਿ ਜਿਹੜੇ ਡਾਕਟਰ ਯੂਜ਼ ਕਰਦੇ ਨੇ ਇਹਨਾਂ ਸਭ ਚੀਜ਼ਾਂ ਦੇਖਦੇ ਹੋਏ ਟਾਈਟੇਨੀਅਮ ਨੂੰ ਜੋ ਹੈ ਮੈਟਲ ਆਫ ਫਿਊਚਰ ਆਖਿਆ ਗਿਆ ਤਾਂ ਅਮੀ ਆਸਾ ਜਦਾ ਆਪਣਾ ਸੈਸ਼ਨ ਸੀਗਾ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਚੰਗਾ ਲੱਗਿਆ ਹੋਵੇ ਤਾਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਫਾਇਦਾ ਹੋਇਆ ਤਾਂ ਲਾਈਕ ਜਰੂਰ ਕਰਿਓ ਜੀ ਤੇ ਸ਼ੇਅਰ ਕਰਿਓ ਆਪਣੇ ਸਟੱਡੀ ਗਰੁੱਪ ਦੇ ਵਿੱਚ ਚਾਹੇ ਉਹ ਕਿਹੜੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ। ਤੋਂ ਥੈਂਕਸ ਫॉर ਵਾਚਿੰਗ ਜੀ। ਇਹ ਵੀਡੀਓ ਮੈਂ ਬਣਾਈ ਸੀ ਸੁਨੀਲ ਜਿੰਦਲ ਜੀ ਨੇ। ਤੇ ਥੈਂਕ ਯੂ। ਥੈਂਕਸ ਫॉर ਵਾਚਿੰਗ। ਜੈ ਹਿੰਦ ਜੈ ਭਾਰਤ।